ਤੁਸੀਂ ਦੋ ਮਾਚਿਸ ਦੀਆਂ ਡੱਬੀਆਂ ਨਾਲ ਬਹੁਤ ਸੋਹਣਾ ਕੂੜਾ ਚੱਕਣ ਵਾਲਾ ਟਰੱਕ ਬਣਾ ਸਕਦੇ ਹੋ। ਤੁਹਾਨੂੰ ਇਸ ਦੇ ਪਹੀਏ ਬਣਾਉਣ ਲਈ 4 ਪਾਰਦਰਸ਼ੀ ਬਟਨ, 2 ਸੂਈਆਂ, ਪੁਰਾਣੇ ਬਾਲ ਪੈਨ ਰਿਫਿਲ, ਗੂੰਦ ਅਤੇ 1 ਟੁੱਥਪਿੱਕ ਦੀ ਲੋੜ ਪਵੇਗੀ। ਅੱਗੇ ਤੋਂ 1 ਸੂਈ ਦੀ ਨੋਕ ਨੂੰ ਗਰਮ ਕਰੋ ਅਤੇ 1 ਬਟਨ ਦੇ ਮੱਧ ਵਿਚਕਾਰ ਇਸ ਨੂੰ ਵਾੜ ਦਿਓ। 2 ਸੈਂਟੀਮੀਟਰ ਲੰਬਾ ਬਾਲ ਪੈਨ ਰਿਫਿਲ ਅੰਦਰ ਪਾਓ ਜੋ ਕਿ ਬੁਸ਼ ਬੀਅਰਿੰਗ ਦਾ ਕੰਮ ਕਰੇਗਾ। ਫਿਰ ਸੂਈ ਦੇ ਦੂਜੇ ਪਾਸੇ ਨੂੰ ਗਰਮ ਕਰੋ ਅਤੇ ਦੂਜੇ ਬਟਨ ਵਿੱਚ ਪਾ ਦਿਓ। ਇਸ ਤਰ੍ਹਾਂ ਤੁਹਾਡੇ ਕੋਲ ਟਾਇਰਾਂ ਦਾ ਜੋੜਾ ਬਣ ਜਾਵੇਗਾ ਜੋ ਕਿ ਆਰਾਮ ਨਾਲ ਘੁੰਮੇਗਾ। ਇਸ ਤਰ੍ਹਾਂ ਟਾਇਰ ਦੇ 2 ਜੋੜੇ ਬਣਾਓ। ਮਾਚਿਸ ਦੀ ਡੱਬੀ ਦਾ ਦਰਾਜ ਹਟਾਓ, 1 ਦਰਾਜ ਦੇ ਪਾਸੇ ਦਾ ਫਲੈਪ ਕੱਟੋ ਅਤੇ ਇਸ ਨੂੰ ਥੱਲੇ ਤੋਂ ਮੋੜੋ ਅਤੇ ਇਸ ਨੂੰ ਮਾਚਿਸ ਦੀ ਡੱਬੀ ਦੇ ਥੱਲੇ ਜੋੜ ਦਿਓ। ਦਰਾਜ ਡੰਪ ਟਰੱਕ ਦਾ ਲੋਡ ਕਰਨ ਵਾਲਾ ਪਲੇਟਫਾਰਮ ਬਣ ਜਾਵੇਗਾ। ਹੁਣ ਦੂਜੀ ਮਾਚਿਸ ਦੀ ਡੱਬੀ ਦੇ ਦਰਾਜ ਨੂੰ ਬਾਹਰ ਹਟਾਓ। ਬਾਹਰੀ ਸਤਹਿ ਸਮਤਲ ਬਣਾਓ। 1 ਤਿਹਾਈ ਕੱਟ ਲਵੋ। ਚਾਲਕ ਦਾ ਕੈਬਿਨ ਬਣਾਉਣ ਲਈ ਦਰਾਜ ਦਾ 2/3 ਹਿੱਸਾ ਖੜ੍ਹਾ ਕਰ ਦਿਓ। ਡੰਪ ਟਰੱਕ ਦੀ ਚੈਸੀ ਬਣਾਉਣ ਦੇ ਲਈ ਦੋਨੋਂ ਮਾਚਿਸ ਦੀਆਂ ਡੱਬੀਆਂ ਨੂੰ ਜੋੜ ਦਿਓ। ਡਰਾਈਵਰ ਦੇ ਕੈਬਿਨ ਵਿੱਚ 1 ਮੋਰੀ ਕਰ ਲਵੋ ਜੋ ਕਿ 1 ਲਿਫਟਿੰਗ ਜੈਕ ਦੇ ਰੂਪ ਵਿੱਚ ਹੋਵੇਗੀ। 1 ਟੁੱਥਪਿੱਕ ਲੀਵਰ ਲਗਾਓ। ਅੰਤ ਵਿੱਚ ਮਾਚਿਸ ਦੀ ਡੱਬੀ ਦੇ ਥੱਲੇ ਪਹੀਆਂ ਦਾ ਜੋੜਾ ਟੇਪ ਨਾਲ ਜੋੜ ਦਿਓ। ਟਰੱਕ ਸੜਕ 'ਤੇ ਸੁਚਾਰੂ ਰੂਪ ਵਿੱਚ ਚੱਲਣ ਲਈ ਤਿਆਰ ਹੈ। ਅੰਤ ਵਿੱਚ ਟਰੱਕ ਰੋੜਿਆਂ ਨਾਲ ਭਰ ਲਵੋ। ਫਿਰ ਰੀਫਿਲ ਨਾਲ ਟੁੱਥਪਿੱਕ ਲੀਵਰ ਨੂੰ ਦਬਾਓ। ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਲੋਡਿੰਗ ਪਲੇਟਫਾਰਮ ਉੱਪਰ ਉੱਠੇਗਾ ਅਤੇ ਸਾਰਾ ਸਮਾਨ ਅਨਲੋਡ ਹੋ ਜਾਵੇਗਾ।